ਅੱਜ ਦੇ ਇਸ ਬਿਜ਼ੀ ਸਮੇਂ ਦੇ ਵਿੱਚ ਹਰ ਕੋਈ ਇੰਨਾ ਕੁ ਜ਼ਿਆਦਾ ਵਿਅਸਤ ਹੋ ਗਿਆ ਕਿ ਕਿਸੇ ਕੋਲ ਵੀ ਪਰਮਾਤਮਾ ਦੇ ਨਾਮ ਦਾ ਜਾਪ ਕਰਨ ਵਾਸਤੇ ਇੱਕ ਮਿੰਟ ਦਾ ਵੀ ਸਮਾਂ ਨਹੀਂ ਹੈ। ਪਰ ਕੋਈ ਇਹ ਗੱਲ ਨਹੀਂ ਜਾਣਦਾ ਕਿ ਪਰਮਾਤਮਾ ਦਾ ਜਾਪ ਕਿਸ ਵੇਲੇ ਸਾਡੇ ਅੱਗੇ ਆ ਕੇ ਸਾਡੀ ਰਕਸ਼ਾ ਕਰ ਸਕਦਾ ਹੈ, ਸਾਡਾ ਰਖਵਾਲਾ ਪਰਮਾਤਮਾ ਕਿਸੇ ਵੀ ਵੇਲੇ ਆ ਕੇ ਬਣ ਸਕਦਾ ਹੈ। ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਸ ਸਭ ਦੇ ਬਾਰੇ ਹੀ ਦੱਸਣ ਜਾ ਰਹੇ ਹਾਂ ਕਿ ਪਰਮਾਤਮਾ ਦੇ ਨਾਮ ਦਾ ਜਾਪ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਜ਼ਿਆਦਾ ਕਿਉਂ ਜ਼ਰੂਰੀ ਹੈ। ਵੀਡੀਓ ਨੂੰ ਅੱਗੇ ਪਹੁੰਚਾ ਦਿਓ, ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਅਤੇ ਨਾਲ ਕੀ ਕਮੈਂਟਾਂ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜੀ ਵੀ ਜ਼ਰੂਰ ਲਿਖਿਓ, ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਵੀਡੀਓ ਨੂੰ, ਅਤੇ ਨਾਲ ਹੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਪਰਮਾਤਮਾ ਦੇ ਨਾਮ ਦਾ ਜਾਪ ਇਸ ਦੁਨੀਆ ਦੇ ਵਿੱਚ ਬਹੁਤ ਲੋਕ ਜਪਦੇ ਨੇ, ਪਰ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜੋ ਪਰਮਾਤਮਾ ਦੇ ਨਾਮ ਦਾ ਜਾਪ ਨਹੀਂ ਜਪਦੇ, ਕਿਉਂਕਿ ਉਹਨਾਂ ਦੇ ਕੋਲ ਦਿਨ ਦੇ ਵਿੱਚ ਸਮਾਂ ਨਹੀਂ ਹੁੰਦਾ, ਕੁਝ ਮਿੰਟਾਂ ਦਾ ਸਮਾਂ ਨਹੀਂ ਹੁੰਦਾ ਕਿ ਉਹ ਪਰਮਾਤਮਾ ਦੇ ਨਾਮ ਨੂੰ ਧਿਆ ਸਕਣ, ਕਿਉਂਕਿ ਦਿਨ ਚੜ੍ਹਦਿਆਂ ਸਾਰ ਅਸੀਂ ਦਫ਼ਤਰ ਚਲੇ ਜਾਂਦੇ ਹਾਂ, ਅਤੇ ਸ਼ਾਮਾਂ ਪੈਂਦਿਆਂ ਅਸੀਂ ਘਰਾਂ ਨੂੰ ਵਾਪਸੀ ਕਰਦਿਆਂ ਆ ਕੇ ਥੱਕ ਜਾਣਾ, ਟੁੱਟ ਜਾਣਾ, ਫਿਰ ਨਹਾਉਣਾ ਅਤੇ ਫਿਰ ਖਾਣਾ ਖਾ ਕੇ ਇੱਕਦਮ ਹੀ ਨੀਂਦ ਆ ਜਾਣਾ, ਅਤੇ ਸਵੇਰੇ ਉੱਠਣਾ ਤਾਂ ਵੇਖਣਾ ਕਿ ਮੈਂ ਤਾਂ ਪਹਿਲਾਂ ਕੀ ਲੇਟ ਹਾਂ, ਤਾਂ ਇਸੇ ਦੌਰਾਨ ਕੀ ਪਰਮਾਤਮਾ ਦੇ ਨਾਮ ਦਾ ਜਾਪ ਜਿਹੜਾ ਹੈਗਾ ਰਹਿ ਹੀ ਜਾਂਦਾ, ਅਤੇ ਅਸੀਂ ਸੋਚਦੇ ਹਾਂ ਕਿ ਅਸੀਂ ਹੁਣ ਪਰਮਾਤਮਾ ਨੂੰ ਕਿਵੇਂ ਧਿਆਈਏ। ਪਰਮਾਤਮਾ ਤਾਂ ਜਾਣਦਾ ਹੀ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਵਿਅਸਤ ਹਾਂ, ਅਸੀਂ ਇਹ ਸੋਚਦੇ ਹਾਂ, ਪਰ ਕੀ ਤੁਸੀਂ ਜਾਣਦੇ ਹੋ ਜੇਕਰ ਤੁਹਾਡੇ ਕੋਲ ਦਿਨ ਦੇ ਵਿੱਚ ਕਿਤੇ 10 ਮਿੰਟਾਂ ਦਾ ਸਮਾਂ, 15 ਮਿੰਟਾਂ ਦਾ ਸਮਾਂ ਤੁਸੀਂ ਡਰਾਈਵਿੰਗ ਕਰ ਰਹੇ ਹੋ, ਤੁਸੀਂ ਖਾਣਾ ਖਾ ਰਹੇ ਹੋ, ਜਾਂ ਫਿਰ ਤੁਸੀਂ ਖਾਣਾ ਖਾਣ ਤੋਂ ਬਾਅਦ ਟਹਿਲ ਰਹੇ ਹੋ, ਤਾਂ ਤੁਸੀਂ ਇਸੇ ਦੌਰਾਨ ਵੀ ਪਾਠ ਕਰ ਸਕਦੇ ਹੋ। ਜੀ ਹਾਂ, ਜੇਕਰ ਤੁਸੀਂ ਦਿਨ ਦੇ ਵਿੱਚ ਕਿਸੇ ਵੀ ਸਮੇਂ 10 ਤੋਂ 15 ਮਿੰਟ ਕੱਢ ਸਕਦੇ ਹੋ, ਉਹ ਚਾਹੇ ਤੁਹਾਡੇ ਰੈਸਟ ਦੇ ਹੋਣ, ਉਹ ਚਾਹੇ ਤੁਹਾਡੇ ਖਾਣਾ ਖਾਣ ਦੇ ਹੋਣ, ਤਾਂ ਇਸੇ ਦੌਰਾਨ ਡਰਾਈਵਿੰਗ ਕਰਦੇ ਸਮੇਂ ਵੀ ਤੁਸੀਂ ਪਾਠ ਕਰ ਸਕਦੇ ਹੋ। ਭਾਵ ਜੇਕਰ ਤੁਹਾਡੇ ਕੋਲ 10 ਤੋਂ 15 ਮਿੰਟ ਨੇ ਤਾਂ ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹੋ, ਜੇਕਰ ਨਹੀਂ ਕਰ ਸਕਦੇ ਤਾਂ ਤੁਸੀਂ ਜਪਜੀ ਸਾਹਿਬ ਦਾ ਪਾਠ ਲਗਾ ਕੇ ਉਸਨੂੰ ਸੁਣ ਵੀ ਸਕਦੇ ਹੋ, ਕਿਉਂਕਿ ਜਪਜੀ ਸਾਹਿਬ ਦੇ ਪਾਠ ਦੇ ਵਿੱਚ ਇੰਨੀ ਕੁ ਜ਼ਿਆਦਾ ਤਾਕਤ ਹੁੰਦੀ ਹੈ ਕਿ ਉਹ ਤੁਹਾਡੇ ਦੁੱਖਾਂ ਸਮੇਂ, ਪਾਪਾਂ ਦੇ ਸਮੇਂ ਉਸਨੇ ਅੱਗੇ ਆ ਕੇ ਤੁਹਾਨੂੰ ਖੁਦ ਤੁਹਾਡੀ ਰਕਸ਼ਾ ਕਰਨੀ ਹੈ। ਤਾਂ ਜੇਕਰ ਨਹੀਂ ਜ਼ਿੰਦਗੀ ਦੇ ਵਿੱਚ ਸਮਾਂ ਵਿਅਸਤ ਬਹੁਤ ਜ਼ਿਆਦਾ, ਉਹ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ, ਤਾਂ ਮੋਬਾਈਲ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਜਿਹੜਾ ਤੁਸੀਂ ਯੂਟਿਊਬ ਦੇ ਉੱਪਰੋਂ ਕੱਢੋ, ਅਤੇ ਇਸ ਪਾਠ ਦਾ ਜਿਹੜਾ ਕਹਿ ਲਓ ਕਿ ਇਸ ਪਾਠ ਨੂੰ ਤੁਸੀਂ ਸਰਵਣ ਕਰ ਸਕਦੇ ਹੋ, ਨਹੀਂ ਕਰ ਸਕਦੇ ਤਾਂ ਇਸ ਪਾਠ ਨੂੰ ਤੁਸੀਂ ਜ਼ਰੂਰ ਸੁਣੋ, ਅਤੇ ਦਿਨ ਦੇ ਵਿੱਚ ਇੱਕ ਵਾਰ ਅਜਿਹਾ ਕਰਨ ਦੇ ਨਾਲ ਤੁਹਾਡੇ ਸਾਰੇ ਦੁੱਖ ਜਿਹੜੇ ਨੇ ਕੱਟੇ ਜਾ ਸਕਦੇ ਆ, ਪਰਮਾਤਮਾ ਆਪ ਨੇੜਿਓਂ ਹੋ ਕੇ ਤੁਹਾਡੀ ਰਕਸ਼ਾ ਕਰੇਗਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਹਰ ਇੱਕ ਨਾਲ ਇਸ ਵੀਡੀਓ ਨੂੰ ਸਾਂਝਾ ਕਰਿਓ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇਕਰ ਘਰ ਦੇ ਵਿੱਚ ਸਾਰੇ ਹੀ ਮੈਂਬਰ ਨਹੀਂ ਕਮਾਉਂਦੇ, ਭਾਵ ਜੇਕਰ 10 ਬੰਦੇ ਖਾਣ ਵਾਲੇ ਆ, ਅਤੇ ਜੇਕਰ ਉਸ ਘਰ ਦੇ ਵਿੱਚ 7 ਤੋਂ 8 ਸ਼ਖਸ ਨਹੀਂ ਕਮਾ ਰਹੇ, ਤਾਂ ਉਸ ਘਰ ਦੇ ਵਿੱਚ ਖਰਚਾ ਮੈਨੇਜ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ। ਤਾਂ ਅੱਜ ਦੀ ਇਸ ਬਿਜ਼ੀਪਨ ਵਾਲੀ ਜ਼ਿੰਦਗੀ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਧਿਆ ਸਕਦੇ ਹੋ, ਅਤੇ ਪਰਮਾਤਮਾ ਆਪ ਖੁਦ ਜ਼ਮੀਨ ਦੇ ਉੱਪਰ ਆ ਕੇ, ਧਰਤੀ ਦੇ ਉੱਪਰ ਆ ਕੇ ਤੁਹਾਡਾ ਆਪ ਰਖਵਾਲਾ ਬਣੇਗਾ। ਜੇਕਰ ਇਸ ਵੀਡੀਓ ਦੇ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਕਰ ਦਿਓ ਸ਼ੇਅਰ, ਅਤੇ ਕਮੈਂਟਾਂ ਦੇ ਵਿੱਚ ਵੀ ਵਾਹਿਗੁਰੂ ਜੀ ਜ਼ਰੂਰ ਲਿਖਿਓ, ਅਤੇ ਆਪਣੀ ਹਾਜ਼ਰੀ ਨੂੰ ਵੀ ਜ਼ਰੂਰ ਲਗਵਾ ਦਿਓ।